ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਹਿੰਮਤ ਸੱਚ ਦਿਖਾਉਣ ਦੀ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਚਲਦਿਆਂ ਮਲੇਰਕੋਟਲਾ ਦਾਣਾ ਮੰਡੀ ਵਿੱਚ ਸਿੱਖ ਭਾਈਚਾਰੇ ਵੱਲੋਂ ਆਪਸੀ ਪਿਆਰ ਦੀ ਮਿਸਾਲ ਕਾਇਮ ਰੱਖਦਿਆਂ ਮੁਸਲਿਮ ਭਾਈਚਾਰੇ ਨੂੰ ਇੱਕ ਰੋਜ਼ਾ ਇਫਤਾਰੀ ਪਾਰਟੀ ਦਾ ਪ੍ਰਬੰਧ ਕਰਕੇ ਮੁਸਲਿਮ ਭਰਾਵਾਂ ਦੇ ਰੋਜ਼ੇ ਖੁਲਵਾਏ ਗਏ। ਇਸ ਇੱਕ ਰੋਜ਼ਾ ਇਫਤਾਰੀ ਪਾਰਟੀ ਵਿੱਚ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸਰਬ ਧਰਮ ਨੂੰ ਅਜਿਹੇ ਪ੍ਰੋਗਰਾਮ ਕਰਕੇ ਆਪਸੀ ਭਾਈਚਾਰਕ ਸਾਜ਼ ਵਧਾਉਣੀ ਚਾਹੀਦੀ ਹੈ। ਅੰਤ ਵਿੱਚ ਬਿੱਟੂ ਚੌਹਾਨ ਵੱਲੋਂ ਇਸ ਇੱਕ ਰੋਜ਼ਾ ਇਫਤਾਰੀ ਪਾਰਟੀ ਵਿੱਚ ਪਹੁੰਚੇ ਸਰਬ ਧਰਮ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ। ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਾਲੇਰਕੋਟਲਾ ਤੋਂ ਪੱਤਰਕਾਰ ਸਰਬਜੀਤ ਸਿੰਘ ਰਟੋਲਾ ਦੀ ਖਾਸ ਰਿਪੋਰਟ। ਪਾਕਿਸਤਾਨ ਦੇ ਨਾਲ ਬਾਰਡਰ ਖੁੱਲ੍ਹੇ, ਮੁਸਲਮਾਨਾਂ ਦੀਆਂ ਰਿਸ਼ਤੇਦਾਰੀਆਂ ਸਾਫ ਸਬੰਧ ਹੈਗੇ ਹੈ ਪਾਕਿਸਤਾਨ ਦੇ ਵਿੱਚ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੇ ਸਿੱਖਾਂ ਦਾ ਅੱਧਾ ਮਜ਼ਹਬ, ਅੱਧਾ ਸੱਭਿਆਚਾਰ, ਅੱਧਾ ਇਤਿਹਾਸ, ਸਾਰੀ ਜ਼ਬਾਨ, ਸਾਰਾ ਮੁੱਢ ਪਾਕਿਸਤਾਨ ਦੇ ਵਿੱਚ ਹੈ। ਸੋ ਇਸ ਕਰਕੇ ਅਸੀਂ ਸਿੱਖ ਚਾਹੁੰਦੇ ਹਾਂ ਕਿ ਇਹ ਬਹੁਤ ਵੱਡਾ ਇਨਸਾਨੀਅਤ ਦੇ ਲਈ ਫਾਇਦਾ ਹੋਊਗਾ। ਇਹ ਬਾਰਡਰ ਖੁੱਲ੍ਹ ਜਾਣਗੇ, ਆਵਾਜਾਵੀ ਸ਼ੁਰੂ ਹੋਊਗੀ, ਭਾਈਚਾਰਾ ਵਧੂਗਾ ਤੇ ਸਿੱਖਾਂ ਨੂੰ ਵੀ ਮੌਕਾ ਮਿਲੂਗਾ। ਜਿਵੇਂ ਮੈਂ ਦੱਸਿਆ ਕਿ ਅੱਧਾ ਸਾਰਾ ਕੁਝ ਸਾਡਾ ਉਧਰਲੇ ਪਾਸੇ ਹੈਗਾ, ਤੁਹਾਡੀਆਂ ਰਿਸ਼ਤੇਦਾਰੀਆਂ ਹੈਗੀਆਂ, ਉਹਨਾਂ ਨੂੰ ਵੀ ਮੈਂ ਅੱਜ ਦੇ ਦਿਨ ਮੁਬਾਰਕ ਦਿੰਦਾ, ਸਾਰੇ ਇਸਲਾਮ ਨੂੰ ਮੁਬਾਰਕ ਦਿੰਦਾ ਔਰ ਆਸ ਕਰਦਾ ਕਿ ਜੋ ਅਸੀਂ ਚਾਹੁੰਦੇ ਹਾਂ, ਜੋ ਸਾਡੀ ਅਰਦਾਸ ਹੈ ਕਿ ਬਾਰਡਰ ਖੁੱਲ੍ਹਣ ਇਹ ਪੂਰੀ ਹੋਵੇ। ਇਹਨਾਂ ਸ਼ਬਦਾਂ ਦੇ ਨਾਲ ਆਪ ਨੂੰ ਮੈਂ ਸਲਾਮ ਅਲੈਕੁਮ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਂ ਜੀ ਆਪਣਾ? ਸਰਬਜੀਤ ਸਿੰਘ ਖਾਲਸਾ ਜੀ। ਕਿਹੜੀ ਜਗ੍ਹਾ ਤੋਂ ਹੈ ਬਾਬਾ ਜੀ? ਸਰਬਾ ਤਰਨਾ ਦਲ। ਸਾਡਾ ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ, ਸਾਡਾ ਨਗਰ ਹੈ ਅਨੰਦਪੁਰ ਸਾਹਿਬ ਜਿੱਥੇ ਪਵਿੱਤਰ ਧਰਤੀ ਹੈ। ਅਤੇ ਅੱਜ ਅਸੀਂ ਮਲੇਰਕੋਟਲੇ ਦੇ ਵਿੱਚ ਰੋਜ਼ਾ ਅਵਤਾਰ ਦੇ ਵਿੱਚ ਪਾਰਟੀ ਜਿਹੜੇ ਇਹਨਾਂ ਦਾ ਰੋਜ਼ੇ ਦੇ ਵਿੱਚ ਪਹੁੰਚੇ ਹਾਂ। ਅਤੇ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਅਤੇ ਸਭ ਜਗ ਉਪਜੇ ਕੌਣ ਭਲੇ ਖੁੰਮਦੇ। ਗੁਰੂ ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਨੇ ਇਹ ਇੱਕ ਸਾਰਿਆਂ ਨੂੰ ਕਰਿਆ। ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਪਾਨ ਕਰਵਾਇਆ, ਅੰਮ੍ਰਿਤਪਾਨ ਕਰਵਾ ਕੇ ਸਿੱਖ ਸਾਜੇ। ਅੱਜ ਸਿੱਖਾਂ ਦੇ ਮੁਸਲਮਾਨਾਂ ਦੇ ਵਿੱਚ ਜਿਹੜੇ ਅੱਜ ਵਿਤਕਰੇ ਕਹਿ ਰਹੇ ਨੇ, ਵਿਤਕਰੇ ਪਾ ਰਹੇ ਨੇ, ਵਿਤਕਰਾ ਕੋਈ ਨਹੀਂ ਹੈਗਾ। ਸਿੱਖ ਭਾਈਚਾਰਾ, ਮੁਸਲਿਮ ਭਾਈਚਾਰਾ, ਹਿੰਦੂ ਮੁਸਲਿਮ, ਇੱਕ ਸਿੱਖ ਚਾਈ, ਸਾਰੇ ਇਕੱਠੇ ਨੇ, ਸਾਰੇ ਅਸੀਂ ਭਾਈ ਭਾਈ ਹਾਂ। ਪਰ ਇੱਕ ਜਿਹੜੀਆਂ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੇ ਇਹ ਸਾਨੂੰ ਅਲੱਗ ਕਰ। ਅੱਜ ਅਸੀਂ ਇੱਥੇ ਮਲੇਰਕੋਟਲੇ ਦੇ ਵਿੱਚ ਇਹ ਭਾਈਚਾਰਾ ਵੀ ਇੱਕ ਹੈ, ਇਹ ਇੱਕ ਮਿਸਾਲ ਦੇ ਤੌਰ 'ਤੇ ਦਿਖਾ ਰਹੇ ਹਾਂ। ਅਤੇ ਇੱਥੇ ਇਹਨਾਂ ਨੂੰ ਅੱਜ ਅਸੀਂ ਪਾਰਟੀ ਦੇ ਰਹੇ ਹਾਂ।
ਰੋਜ਼ਾ ਇਹਨਾਂ ਦਾ ਖੁਲਵਾ ਰਹੇ ਹਾਂ। ਮਾਨ ਸਾਹਿਬ ਇੱਥੇ ਆਏ ਨੇ, ਮਾਨ ਸਾਹਿਬ ਬਹੁਤ ਹੀ ਸੁੱਚੇ ਨਸੱਚੇ ਅਤੇ ਬਹੁਤ ਸਿੱਖ ਧਰਮ ਦੇ ਨਾਲ ਸ਼ੁਰੂ ਤੋਂ ਚੱਲਦੇ ਆਏ ਨੇ, ਇੱਕ ਸਟੈਂਡ 'ਤੇ ਖੜ੍ਹੇ ਨੇ, ਕੋਈ ਉਹਨਾਂ ਦਾ ਅਲੱਗ ਸਟੈਂਡ ਨਹੀਂ ਹੈਗਾ। ਉਹਨਾਂ ਨੇ ਕਦੇ ਕੋਈ ਮਾੜੀ ਗੱਲ ਨਹੀਂ ਕਰੀ ਹੈਗੀ, ਕਿਸੇ ਕੋਈ ਸਿਆਸੀ ਰੋਟੀਆਂ ਨਹੀਂ ਸਿੱਕੀਆਂ ਹੈਗੀਆਂ, ਜੋ ਅਸਲ ਆ ਉਹੀ ਉਹਨਾਂ ਨੇ ਕਿਹਾ। ਕੀ ਮੈਸੇਜ ਦਿਓਗੇ ਅੱਜ ਤੇ ਇਸ ਵਿਚਾਰੀ ਪਾਰਟੀ ਨੂੰ ਲੈ ਕੇ ਬਾਕੀ ਕੌਮਾਂ ਨੂੰ ਜਿਹੜੀਆਂ ਕਿ ਹਿੰਦੂ ਸਿੱਖ ਮੁਸਲਿਮ ਹਿੰਦੂ ਧਰਮ ਦੇ ਵਿੱਚ ਪਾੜ ਪਾ ਰਹੀਆਂ, ਉਹਨਾਂ ਨੂੰ ਕੀ ਮੈਸੇਜ? ਅਸੀਂ ਤੁਹਾਨੂੰ ਪਹਿਲਾਂ ਇਹੀ ਗੱਲ ਕਹੀ ਹੈ, ਉਹ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ, ਸਿਆਸੀ ਰੋਟੀਆਂ। ਅਸੀਂ ਜਿਹੜਾ ਸਾਡੇ ਭਾਈਚਾਰਾ ਸਿੱਖ ਭਾਈਚਾਰਾ ਜਿਹੜੇ ਵੋਟਰ ਨੇ ਉਹਨਾਂ ਨੂੰ ਅਸੀਂ ਉਮੀਦ ਕਰਾਂਗੇ, ਆਸ ਉਹਨਾਂ ਨੂੰ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਇਹਨਾਂ ਦੀਆਂ ਚਾਲਾਂ ਦੇ ਵਿੱਚ ਨਾ ਉਹ ਤੁਸੀਂ ਇੱਕ ਚੀਜ਼ ਦੇਖੋ ਪੱਤਰਕਾਰ ਸਾਹਿਬ, ਤੁਸੀਂ ਹਰ ਇੱਕ ਪਿੰਡ 'ਚ ਚਲੇ ਜਾਓ, ਹਰ ਇੱਕ ਸ਼ਹਿਰ 'ਚ ਚਲੇ ਜਾਓ, ਹਿੰਦੂ ਮੁਸਲਿਮ ਸਿੱਖ ਇਸਾਈ ਲੋਕ ਕੋਲੇ ਕੋਲੇ ਰਹਿੰਦੇ ਨੇ, ਇਹਦੇ ਇੱਕ ਥਾਲੀ 'ਚ ਖਾਂਦੇ ਨੇ, ਇੱਕ ਥਾਲੀ 'ਚ ਇੱਕ ਜਗ੍ਹਾ 'ਤੇ ਬੈਠਦੇ ਨੇ, ਉੱਥੇ ਤਾਂ ਸਾਨੂੰ ਕੋਈ ਵੈਰ ਨਹੀਂ ਹੁੰਦਾ, ਉੱਥੇ ਤਾਂ ਸਾਨੂੰ ਕਿਸੇ ਚੀਜ਼ ਤੋਂ ਖਤਰਾ ਨਹੀਂ ਹੁੰਦਾ ਹੈਗਾ। ਜਦੋਂ ਇਹ ਸਿਆਸੀ ਰੋਟੀਆਂ ਸੇਕਦੇ ਨੇ ਫਿਰ ਕਹਿੰਦੇ ਸਾਨੂੰ ਹਿੰਦੂ ਖਤਰੇ 'ਚ ਆ ਜੀ। ਮੁਸਲਮਾਨ ਨੂੰ ਤਾਂ ਇਹਨਾਂ ਨੇ, ਮੁਸਲਮਾਨ ਅਤੇ ਸਿੱਖਾਂ ਨੂੰ ਤਾਂ ਇਹਨਾਂ ਨੇ ਟਾਰਗੇਟ ਬਣਾਇਆ ਹੋਇਆ ਇੱਕ, ਅਤੇ ਮੁਸਲਮਾਨਾਂ ਨੂੰ ਟਾਰਗੇਟ ਬਣਾ ਕੇ, ਸਿੱਖਾਂ ਨੂੰ ਟਾਰਗੇਟ ਬਣਾ ਕੇ ਹਿੰਦੂਆਂ ਦੇ ਵਿੱਚ ਬੈਰ ਵਿਰੋਧ ਪਾਇਆ ਹੋਇਆ ਇਹ ਪਾਰਟੀਆਂ ਨੇ, ਜਿਹੜੇ ਮੈਂਬਰ ਲੀਡਰ ਨੇ ਬੜੇ ਬੜੇ। ਸਾਡੇ ਭਾਈਚਾਰੇ ਦੇ ਵਿੱਚ ਕੋਈ ਬੈਰ ਵਿਰੋਧ ਨਹੀਂ ਹੈਗਾ, ਨਾ ਸਿੱਖਾਂ 'ਚ, ਨਾ ਈਸਾਈਆਂ 'ਚ, ਨਾ ਮੁਸਲਮਾਨਾਂ 'ਚ, ਨਾ ਇਹਨਾਂ 'ਚ ਹਿੰਦੂਆਂ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਕੀ ਨਾਂ ਜੀ ਆਪਣਾ? ਹਾਜੀ ਅਨਵਾਰ ਅਹਿਮਦ, ਬਿੱਟੂ ਚੌਹਾਨ। ਕੀ ਕਹਿਣਾ ਚਾਹੋਗਾ ਜਦੋਂ ਅਫਤਾਰੀ ਪਾਰਟੀ ਸਰਦਾਰ ਮਾਨਪੁਰ ਸਾਹਿਬ ਪਹੁੰਚੇ ਨੇ ਇੱਥੇ ਮਲੇਰਕੋਟਲਾ ਦੇ ਵਿੱਚ, ਉਹਨਾਂ ਨੇ ਸ਼ਿਰਕਤ ਕੀਤੀ ਹੈ, ਇਸ ਸੰਬੰਧ ਵਿੱਚ ਕੀ ਕਹੋਗੇ? ਅੱਜ ਇੱਕ ਇਤਿਹਾਸ ਰਚਿਆ ਗਿਆ ਹੈ ਕਿ ਸੰਨ 47 ਤੋਂ ਬਾਅਦ ਜਿਹੜਾ ਐਡਾ ਵੱਡਾ ਪ੍ਰੋਗਰਾਮ ਕੀਤਾ ਹੈ ਸਾਡੇ ਸਿੱਖ ਵੀਰਾਂ ਨੇ ਮੁਸਲਿਮ ਭਾਈਚਾਰੇ ਦੇ ਲਈ, ਅਸੀਂ ਇਹਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਅਖੀਰ ਤੱਕ ਇਸ ਦੇ ਅਸੀਂ ਸ਼ੁਕਰਗੁਜ਼ਾਰ ਵੀ ਰਹਾਂਗੇ, ਕਿਉਂਕਿ ਇਹਨਾਂ ਨੇ ਪੂਰੇ ਖੁੱਲ੍ਹੇ ਦਿਲ ਦੇ ਨਾਲ, ਪੂਰੀ ਸਿੱਖ ਕਮਿਊਨਿਟੀ ਨੇ, ਪੂਰੇ ਮੁਸਲਮਾਨ ਕਮਿਊਨਿਟੀ ਦੇ ਰੋਜ਼ੇ ਖੁਲਵਾਏ ਨੇ। ਇਹ 47 ਤੋਂ ਬਾਅਦ ਐਡਾ ਵੱਡਾ ਪ੍ਰੋਗਰਾਮ ਪਹਿਲੀ ਵਾਰੀ ਕੀਤਾ ਗਿਆ, ਮੈਂ ਇਸ ਦਾ ਸ਼੍ਰੇਅ ਜਿਹੜਾ ਜਾ ਰਿਹਾ ਪੂਰੀ ਸਿੱਖ ਸੰਗਤ ਨੂੰ ਜਾ ਰਿਹਾ, ਪੂਰੀ ਸਿੱਖ ਨਾਨਕ ਦੀ ਕੌਮ ਨੂੰ ਜਾ ਰਿਹਾ। ਮੈਂ ਬਾਬੇ ਨਾਨਕ ਦੀ ਕੌਮ ਨੂੰ ਮੁਬਾਰਕਬਾਦ ਦਿੰਦਾ ਕਿ ਅੱਲਾਹ ਤਾਲਾ ਨੇ ਤੁਹਾਡੇ ਇਹ ਰੋਜ਼ੇ ਖੁਲਾਉਣ ਨੂੰ ਕਬੂਲ ਕਰਨ, ਅੱਲਾਹ ਅੱਗੇ ਅਸੀਂ ਦੁਆ ਕਰਦੇ ਹਾਂ ਤੁਹਾਡਾ ਆਉਣਾ ਵੀ ਕਬੂਲ ਕਰੇ, ਤੁਹਾਡੇ ਰੋਜ਼ੇ ਖੁਲਾਉਣੇ ਕਬੂਲ ਕਰਨ ਔਰ ਸਾਡੇ ਰੋਜ਼ੇ ਖੁੱਲ੍ਹਣੇ ਵੀ ਅੱਲਾਹ ਕਬੂਲ ਕਰੇ। ਔਰ ਇਸ ਦੇ ਵਿੱਚ ਅਸੀਂ ਇਹ ਵੀ ਦੁਆ ਕਰਦੇ ਹਾਂ ਕਿ ਵੀ ਜਿਹੜਾ ਭਾਈਚਾਰਾ ਇਹ ਸਾਨੂੰ ਦੇਖਣ ਨੂੰ ਮਿਲਿਆ ਇਹ ਬਹੁਤ ਹੀ ਵਧੀਆ ਭਾਈਚਾਰਾ ਹੈ, ਇੱਕ ਉਹ ਬੇਸ਼ਮਝ ਨਾਪਾਕ ਲੋਕ ਨੇ ਜਿਹੜੇ ਸਿਜਦਿਆਂ 'ਚ ਗਿਆ ਨੂੰ ਠੇਡੇ ਮਾਰ ਦੇਣ, ਇੱਕ ਮੇਰੇ ਸਿੱਖ ਵੀਰ ਨੇ ਜਿਨ੍ਹਾਂ ਨੇ ਸਾਡੇ ਲਈ ਦਰਬਾਰ ਸਾਹਿਬ ਖੋਲ੍ਹ ਦਿੱਤੇ ਅੰਦਰ। ਅਸੀਂ ਤਕਰੀਬਨ ਅੱਜ ਤੋਂ 4 ਦਿਨ ਪਹਿਲਾਂ ਕਲਿਆਣ ਪਿੰਡ ਗਏ ਸੀ, ਕਲਿਆਣ ਪਿੰਡ ਦੇ ਵਿੱਚ ਜਾ ਕੇ ਜਦੋਂ ਸਾਡੇ ਨਮਾਜ਼ ਦਾ ਟਾਈਮ ਹੋ ਗਿਆ ਤਾਂ ਗ੍ਰੰਥੀ ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ ਜਿਹੜੀ ਨਮਾਜ਼ ਅਦਾ ਕਰਨੀ ਹੈ ਦਰਬਾਰ ਸਾਹਿਬ ਦੇ ਅੰਦਰ ਆ ਕੇ ਕਰੋ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਸੀ ਔਰ ਦੂਸਰੇ ਪਾਸੇ ਅਸੀਂ ਬਰਾਬਰ ਨਾਲ ਨਮਾਜ਼ ਅਦਾ ਕਰ ਰਹੇ ਸੀ, ਇਹਦਾ ਸੁਨੇਹਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਗਿਆ। ਅਸੀਂ ਫਿਰ ਦੁਬਾਰਾ ਗੱਲ ਕਹਿ ਰਹੇ ਹਾਂ ਕਿ ਬਾਬੇ ਨਾਨਕ ਦੇ ਨਾਮ ਲੈਵਾ, ਸਿੱਖ ਕੌਮ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਇਹ ਉਪਾਲਾ ਕੀਤਾ ਹੈ। ਅੱਲਾਹ ਤਾਲਾ ਤੁਹਾਡਾ ਇਸ ਉਪਾਲੇ ਨੂੰ ਕਬੂਲ ਕਰੇ। ਆਮੀਨ ਯਾ ਰੱਬੁਲ ਆਲਮੀਨ।